ਇੱਕ ਇਬਰਾਹਿਮ ਨੇ ਪੁੱਤਰ ਇਸਮਾਇਲ ਜ਼ਬਾਹ ਕਰਨਾ ਸੀ ਤੇ ਅੱਖਾਂ ਤੇ ਪੱਟੀਆਂ ਬੰਨ ਲਈਆਂ, ਆਖਿਆ ਏਡਾ ਸੋਹਣਾ ਪੁੱਤਰ ਤੜਪਦਾ ਵੇਖਿਆ ਨਹੀਂ ਜਾਣਾ, ਪਰ ਵਾਹ ਹੁਸੈਨ ਤੇਰੇ ਹੌਸਲੇ ਤੋਂ ਸਦਕੇ ਜਾਵਾਂ। ਨੌਜਵਾਨੋ ਕਿਹੜਾ ਰੰਗ ਦੇਵਾਂ, ਇੱਕ ਦੇਵਨ ਲੱਗਿਆ ਅੱਖਾਂ ਤੇ ਬੰਨ ਲਈਆਂ ਪੱਟੀਆਂ, ਭਾਈ ਇੱਕ ਦੇਵਨ ਲੱਗਿਆ ਅੱਖਾਂ ਤੇ ਬੰਨ ਲਈਆਂ ਪੱਟੀਆਂ, ਪਰ ਕਰਬਲਾ ਵਿੱਚ ਯਾਰ ਨੇ, ਕਰਬਲਾ ਵਿੱਚ ਯਾਰ ਨੇ, ਯਾਰਾਂ ਤੇ ਡੋਰਾਂ ਸੱਤੀਆਂ, ਯਾਰਾਂ ਤੇ ਡੋਰਾਂ ਸੱਤੀਆਂ, ਭਾਈ ਕਰਬਲਾ ਵਿੱਚ ਯਾਰ ਨੇ, ਯਾਰਾਂ ਤੇ ਡੋਰਾਂ ਸੱਤੀਆਂ। ਜੋ ਕੁਝ ਹੁੰਦਾ ਹੋਣ ਦੇ, ਪਰਵਾਹ ਨਹੀਂ ਆਪਣੇ ਆਪ ਦੀ, ਮੈਂ ਰਵਾਂ ਜਾਂ ਨਾ ਰਵਾਂ ਗੱਲ ਰਹੇ ਰਸੂਲੇ ਪਾਕ ਦੀ। ਨੌਜਵਾਨੋ, ਇਮਾਮ ਅਲੀ ਮੁਕਾਮ ਨੇ ਆਪਣਾ ਸਾਰੇ ਅਕਦਸ ਦਿੱਤਾ, ਆਪਣੀ ਔਲਾਦ ਤੇ ਪੁੱਤਰ ਕੁਰਬਾਨ ਕਰਾਏ, ਪਰ ਮੇਰਾ ਦਿਲ ਕਰਦਾ ਚੁੱਕੇ 10 ਮੁਹਰਮ ਤੋਂ ਬਾਅਦ ਦੀ ਮਹਿਫਲ ਹੈ ਤੇ ਮੈਂ 10 ਮੁਹਰਮ ਤੋਂ ਬਾਅਦ ਦੀ ਕੋ ਗੱਲ ਸੁਣਾਵਾਂ। ਜਦੋਂ ਇਮਾਮ ਅਲੀ ਮੁਕਾਮ, ਬਈ ਪਾਣੀ ਵਾਲੇ ਸਿਲਸਿਲਾ ਬੰਦ ਕਰੋ, ਤਕਰੀਰ ਅਸੀਂ ਕਰਨ ਡਿਆ ਪਿਆ ਸੀ ਇਹਨਾਂ ਨੂੰ ਲੱਗੀ, ਸੁਭਾਨ ਅੱਲਾਹ, ਤੁਸੀਂ ਮੇਰੇ ਵੱਲ ਤਵੱਜੋ ਕਰੋ, ਇਨਸ਼ਾਅੱਲਾ ਵੇਖੋ ਪਿਆਸਿਆਂ ਦਾ ਜ਼ਿਕਰ ਹੋ ਰਿਹਾ, ਜ਼ਿਕਰ ਕਰਬਲਾ ਦੇ ਪਿਆਸਿਆਂ ਦਾ ਹੋ ਰਿਹਾ। ਇਮਾਮ ਅਲੀ ਮੁਕਾਮ ਰਜ਼ੀ ਅੱਲਾਹ ਤਾਲਾ ਦੀ ਸ਼ਹਾਦਤ ਦੇ ਬਾਅਦ ਜਦੋਂ ਯਜ਼ੀਦੀਆਂ ਨੇ ਖੈਮਿਆਂ ਨੂੰ ਅੱਗਾਂ ਲਗਾ ਦਿੱਤੀਆਂ, ਮਾਲ ਇੰਝ ਲੁੱਟਿਆ ਜਿਵੇਂ ਮਾਲ ਗਨੀਮਤ ਲੁੱਟਿਆ ਜਾਂਦਾ, ਤੀਆਂ ਵਾਲੇ ਬੈਠੇ ਹੋ, ਹਜ਼ਰਤ ਸਕੀਨਾ ਬਾਬਾ ਦੀ ਲਾਸ਼ ਵੱਲ ਪੇ ਵੇਖ ਕੇ ਰੋਂਦੀਆਂ ਨੇ, ਤੇ ਕੋਈ ਯਜ਼ੀਦੀ ਗੁਜ਼ਰਦਿਆਂ ਗੁਰਦਿਆਂ ਸਜ਼ੀਆ ਦਾ ਸਕੀਨਾ ਦੇ ਕੰਨਾਂ 'ਚੋਂ ਵਾਲੀਆਂ ਖੋ ਕੇ ਲੈ ਗਿਆ, ਕੰਨਾਂ 'ਚੋਂ ਖੂਨ ਦਾ ਫਵਾਰਾ ਨਿਕਲਿਆ। ਸਕੀਨਾ ਦੌੜ ਕੇ ਖੈਮੇ 'ਚ ਫੁੱਫੋ ਜ਼ੈਨਬ ਕੋਲ ਗਈ ਤੇ ਅੰਦਰ ਖੈਮੇ ਵਿੱਚ ਸੈਯਦਾ ਜ਼ੈਨਬ ਅਸਰ ਦੀ ਨਮਾਜ਼ ਪਈ ਪੜ੍ਹਦੀ ਹੈ। ਤੁਸੀਂ ਨਹੀਂ ਸਮਝੇ ਮੈਂ ਜੁਮਲਾ ਕੀ ਬੋਲਿਆ, ਉੱਧਰ ਵੀਰ ਦੀ ਲਾਸ਼ ਤੇ ਘੋੜੇ ਪੇ ਦੌੜਦੇ ਨੇ ਤੇ ਬਹਿਨ ਖੈਮੇ 'ਚ ਅਸਰ ਦੀ ਨਮਾਜ਼ ਪਈ ਪੜ੍ਹਦੀ ਹੈ। ਉਹ ਮੇਰੀ ਮਿਲਤ ਦੇ ਨੌਜਵਾਨਾਂ 'ਚ ਲੱਖਾਂ ਸਲਾਮ ਨੇ ਨਾ ਇਮਾਮ ਹੁਸੈਨ ਦੇ ਆਖਰੀ ਸਜਦੇ ਨੂੰ, ਤੇ ਲੱਖਾਂ ਸਲਾਮ ਨੇ ਉਹ ਜ਼ੈਨਬ ਦੇ ਸਜਦਿਆਂ ਨੂੰ, ਉਹ ਜਿੰਨੇ ਵੀਰ ਵੀ ਵਾਰੇ ਤੇ ਪੁੱਤਰ ਵੀ ਵਾਰੇ, ਪਰ ਉਹ ਡੋਲੀ ਨਹੀਂ, ਉਹ ਕਰਬਲਾ ਦੇ ਮੈਦਾਨ 'ਚ ਨਮਾਜ਼ਾਂ ਪੜ੍ਹੀ ਜਾ ਰਹੀ। ਮੈਂ ਤੁਹਾਨੂੰ ਕਰਬਲਾ ਦੇ ਵਾਕਿਆ ਦਾ ਨਿਚੋੜ ਜੁਮਲਾ ਦੇ ਮਨ ਲੱਗਾ। ਇਮਾਮ ਜ਼ੈਨੁੱਲਾ ਬੇਦੀਨ ਫਰਮਾਦ ਨੇ, ਸਾਡਾ ਕਾਫਿਲਾ ਮਦੀਨੇ ਤੋਂ ਟੁਰਿਆ, ਅਸੀਂ ਮੱਕੇ ਗਏ, ਅਸੀਂ ਮੱਕੇ ਤੋਂ ਟੁਰੇ ਤੇ ਕਰਬਲਾ ਗਏ, ਕੁਰਬਾਨੀਆਂ ਦੇ ਕੇ ਕਰਬਲਾ ਤੋਂ ਕੈਦੀ ਬਣ ਕੇ ਅਸੀਂ ਮੁਲਕੇ ਕੂਫਾ ਗਏ, ਕੂਫਾ ਦਾ ਕੈਦੀ ਬਣ ਕੇ ਅਸੀਂ ਮੁਲਕੇ ਸ਼ਾਮ ਯਜ਼ੀਦ ਦੇ ਕੈਦਖਾਨਿਆਂ ਤੱਕ ਗਏ, ਯਜ਼ੀਦ ਦੇ ਕੈਦਖਾਨੇ ਤੋਂ ਮੁੜ ਕਰਬਲਾ ਆਏ ਤੇ ਕਰਬਲਾ ਤੋਂ ਮੁੜ ਮਦੀਨੇ ਆਏ। ਫਰਮਾਦ ਨੇ ਮਦੀਨੇ ਤੋਂ ਲੈ ਕੇ ਮਦੀਨੇ ਆਵਾਂ ਤੱਕ 6 ਮਹੀਨੇ 'ਚ ਇਤਨਾ ਜ਼ੁਲਮ ਬਰਦਾਸ਼ਤ ਕਰਕੇ ਤੇ ਸਫ਼ਰ ਦੀਆਂ ਇਤਨੇ ਅਸੂਬਤਾਂ ਦੇ ਬਾਵਜੂਦ, ਫਰਮਾਦ ਨੇ ਮੈਂ ਪੂਰੇ 6 ਮਹੀਨੇ ਦੇ ਸਫ਼ਰ ਦੇ ਦੌਰਾਨ ਆਪਣੀ ਫੁੱਫੋ ਜ਼ੈਨਬ ਦਾ ਇੱਕ ਤਹੱਜੁਦ ਦੀ ਨਮਾਜ਼ ਦਾ ਸਜਦਾ ਵੀ ਛੁੱਟਦਾ ਨਹੀਂ ਵੇਖਿਆ। ਕਹੋ ਸੁਭਾਨ ਅੱਲਾਹ, ਓਏ ਵੀਰ ਨੇ ਤਲਵਾਰ ਦੇ ਸਾਏ ਥੱਲੇ ਨਮਾਜ਼ ਪੜ੍ਹੀ ਤੇ ਭੈਣ ਇਹਨਾਂ ਸਾਰੀਆਂ ਮੁਸੀਬਤਾਂ ਦੇ ਬਾਵਜੂਦ ਤਹੱਜੁਦ ਵੀ ਪੜ੍ਹੀ ਜਾ ਰਹੀ, ਪਤਾ ਚੱਲਿਆ ਉਹਦੇ ਵਰਗਾ ਵੀਰ ਕੋਈ ਨਹੀਂ ਤੇ ਉਹਦੇ ਵਰਗੀ ਹਮਸ਼ੀਰ ਵੀ ਕੋਈ ਨਹੀਂ। ਸੈਯਦਾ ਜ਼ੈਨਬ ਨੇ ਅਸਰ ਦੀ ਨਮਾਜ਼ 10 ਮੁਹਰਮ ਦੀ ਪੜ੍ਹੀ ਤੇ ਇੱਧਰ ਸਲਾਮ ਫੇਰਿਆ ਤੇ ਇੱਕ ਔਰਤ ਪਾਣੀ ਦਾ ਪਿਆਲਾ ਲੈ ਕੇ ਖੜੀ, ਇੱਧਰ ਸਲਾਮ ਫੇਰਿਆ ਤੇ ਸੈਯਦਾ ਸਕੀਨਾ ਰੋ ਕੇ ਕਹਿੰਦੀ ਫੁੱਫੋ ਹਾ ਵੇਖੋ ਮੇਰੇ ਕੰਨਾਂ 'ਚ ਵਾਲੀਆ ਯਜ਼ੀਦੀ ਖੋ ਕੇ ਲੈ ਗਏ।
ਸੈਯਦ ਅਜ਼ਾਦ ਨੇ ਸਕੀਨਾ ਨੂੰ ਸੀਨੇ ਲਾ ਕੇ ਝੋਲੀ 'ਚ ਰੱਖਿਆ ਅਤੇ ਔਰਤ ਪਿਆਲਾ ਪੇਸ਼ ਕਰਕੇ ਕਹਿਣ ਲੱਗੀ, ਸੈਯਦੋ ਮੇਰਾ ਪਾਣੀ ਕਬੂਲ ਕਰੋ। ਪਿਆਲਾ ਵੇਖ ਕੇ ਤੇ ਫਰਮਾਦੀਆਂ, ਜਿੱਦਾਂ ਹੁਸੈਨ ਵਰਗਾ ਵੀਰ ਸੋਹਣਾ ਦੁਨੀਆਂ ਤੋਂ ਪਿਆਸਾ ਟੁਰ ਜਾਏ, ਉਸ ਭੈਣ ਕੋਲੋਂ ਪਾਣੀ ਤਾਂ ਨਹੀਂ ਨਾ ਪੀਤਾ ਜਾਂਦਾ। ਉਹ ਔਰਤ ਕਹਿਣ ਲੱਗੀ, ਮੈਂ ਕੋਈ ਬੇਗਾਨੀ ਨਹੀਂ, ਮੈਂ ਕਰਬਲਾ ਦੇ ਪਹਿਲੇ ਸ਼ਹੀਦ ਹਜ਼ਰਤ ਹੋਰ ਦੀ ਬੀਵੀ ਹਾਂ, ਖੂਨ ਦੇ ਕੇ ਕਰਬਲਾ 'ਚ ਹਿੱਸਾ ਪਾ ਗਿਆ। ਸੈਯਦੋ ਮੇਰਾ ਪਾਣੀ ਕਬੂਲ ਕਰੋ, ਮੇਰਾ ਕਰਬਲਾ 'ਚ ਹਿੱਸਾ ਪੈ ਜਾਏ। ਹਫਜ਼ਾਬਾਦ ਦੇ ਨੌਜਵਾਨੋ, ਸੈਯਦ ਜ਼ੈਨਬ ਨੇ ਅੱਜ ਬੜੇ ਦਿਨਾਂ ਦੇ ਬਾਅਦ ਪਾਣੀ ਵੇਖਿਆ। ਇੱਕ ਵਾਰੀ ਇਸ ਵੇਲੇ ਆਪਣੀ ਪਿਆਸ ਦਾ ਤਸੱਵਰ ਕਰ ਅਤੇ ਕਰਬਲਾ ਵਾਲਿਆਂ ਦੀ ਪਿਆਸ ਦਾ ਤਸੱਵਰ ਕਰ। ਕਈ ਦਿਨ ਬਾਅਦ ਪਾਣੀ ਵੇਖਿਆ ਨਾ, ਅਤੇ ਲੱਭਣ ਨਾਲ ਨਹੀਂ ਲਗਾਇਆ, ਖਿਆਲ ਆਇਆ, ਓ ਜ਼ੈਨੁਲ ਆਬਦੀਨ, ਓ ਮੇਰੇ ਵੀਰ ਹੁਸੈਨ ਦਾ ਪੁੱਤਰ ਅੱਜ ਬੁਖਾਰ ਨਾਲ ਕਿੰਨੇ ਦਿਨ ਹੋ ਗਏ ਬੇਹੋਸ਼, ਉਹਨੂੰ ਪਾਣੀ ਨਾ ਪਿਲਾਵਾਂ। ਜਾ ਕੇ ਜ਼ੈਨੁਲ ਆਬਦੀਨ ਦਾ ਸਰ ਉਠਾ ਕੇ ਗੋਦੀ 'ਚ ਰੱਖ ਕੇ ਫਰਮਾਦੀਆਂ ਨੇ, ਉੱਠ ਤੂੰ ਯਤੀਮ ਹੋ ਗਿਆ, ਉੱਠ ਪਾਣੀ ਪੀ ਲੈ। ਜ਼ੈਨੁਲ ਆਬਦੀਨ ਬੁਖਾਰ ਦੀ ਸ਼ਿੱਦਤ ਨਾਲ ਅੱਖ ਨਹੀਂ ਖੁੱਲ ਰਹੀ। ਫਰਮਾਦੀ ਨੇ, ਪਰਦੇਸੀਆਂ ਨਾਲ ਪਿਆਰ ਕਰਨ ਵਾਲਿਆ ਕੌਣ ਹੈ? ਫਰਮਾਦੀਆਂ, ਅੱਖਾਂ ਖੋਲ, ਤੇਰੀ ਫੁੱਫੋ ਜ਼ੈਨਬ ਆਈ ਹੈ, ਪਾਣੀ ਦਾ ਪਿਆਲਾ ਲੱਭਾ ਨਾ ਲਗਾਇਆ ਨਾ। ਮਾਮੇ ਜ਼ੈਨੁਲ ਆਬਦੀਨ ਨੇ ਵੀ ਪਿਆਲਾ ਪਾਣੀ ਦਾ ਹਟਾ ਦਿੱਤਾ। ਵਾਹ ਸਾਬਿਰੋ, ਤੁਹਾਡੇ ਸਬਰ ਤੋਂ ਸਦਕੇ ਜਾਵਾਂ। ਫਰਮਾਇਆ, ਜ਼ੈਨੁਲ ਆਬਦੀਨ ਪਾਣੀ ਪੀ ਲਏ। ਕਹਿਣ ਲੱਗੇ, ਫੁੱਫੋ ਤੁਸਾਂ ਪੀਤਾ ਕਿ ਨਹੀਂ ਪੀਤਾ? ਫਰਮਾਦੀਆਂ, ਤੂੰ ਛੋਟਾ ਨਾ, ਪਹਿਲੇ ਤੂੰ ਪੀ ਲਏ। ਅਤੇ ਜ਼ੈਨੁਲ ਆਬਦੀਨ ਹਟਾ ਕੇ ਕਹਿਣ ਲੱਗੇ, ਫੁੱਫੋ ਅੰਮਾ, ਜੇ ਪਹਿਲੇ ਛੋਟੇ ਪੀਣਾ, ਫਿਰ ਪਹਿਲੇ ਸਕੀਨਾ ਨੂੰ ਨਹੀਂ ਪਿਲਾ ਦਿੰਦੇ? ਉਹ ਤੇ ਮੇਰੇ ਨਾਲ ਵੀ ਛੋਟੀ ਹੈ। ਨੌਜਵਾਨੋ, ਸੈਯਦ ਜ਼ੈਨਬ ਨਾ ਫਰਮਾਦੀਆਂ, ਪਾਣੀ ਦਾ ਪਿਆਲਾ ਲੈ ਕੇ ਸਕੀਨਾ ਕੋਲ ਆ ਗਈ। ਪਿਆਲਾ ਲਬਨ ਲਗਾ ਕੇ ਫਰਮਾਦੀਆਂ, ਸਕੀਨਾ ਪਾਣੀ ਪੀ ਲੈ। ਸੈਯਦ ਸਕੀਨਾ ਨੇ ਵੀ ਪਿਆਲਾ ਹਟਾ ਕੇ ਪੈਣ ਲੱਗੀਆਂ, ਫੁੱਫੀ ਅੰਮਾ ਕਿ ਪਾਣੀ ਪਿਲਾ ਨਾ, ਮੇਰੇ ਵੀਰ ਜ਼ੈਨੁਲ ਆਬਦੀਨ ਨੂੰ ਪਿਲਾ ਦਿਓ। ਫਰਮਾਦੀਆਂ, ਨੀ ਧੀਏ, ਮੈਂ ਪਾਣੀ ਲੈ ਕੇ ਗਈ ਸਾਂ। ਉਹ ਕਹਿੰਦਾ, ਪਹਿਲੇ ਛੋਟੇ ਪੀਣਗੇ, ਫਿਰ ਵੱਡੇ ਪੀਣਗੇ। ਸਕੀਨਾ ਨੇ ਪਿਆਲਾ ਪਕੜਿਆ, ਕਰਬਲਾ ਦੇ ਮੈਦਾਨ ਵੱਲ ਦੌੜ ਪਈ। ਸੈਯਦ ਜ਼ੈਨਬ ਫਰਮਾਦੀਆਂ, ਨੀ ਸਕੀਨਾ, ਨੀ ਧੀਏ ਕਿੱਥੇ ਚੱਲੀ ਹੈ? ਮੁੜ ਕੇ ਕਹਿਣ ਲੱਗੀ, ਫੁੱਫੀ ਅੰਮਾ, ਜੇ ਪਹਿਲੇ ਛੋਟੇ ਹੀ ਪੀਣਾ ਹੈ, ਮੈਂ ਆਪਣੇ ਛੋਟੇ ਵੀਰ ਅਸਗਰ ਨੂੰ ਪਿਲਾਉਣ ਚੱਲੀ ਹਾਂ। ਉਹਨੂੰ ਬਾਬਾ ਨੇ ਉੱਥੇ ਦਫ਼ਨ ਕੀਤਾ ਹੈ, ਮੈਂ ਉਹਨੂੰ ਪਾਣੀ ਪਿਲਾਉਣ ਚੱਲੀ ਹਾਂ। ਸ਼ਕੀਨਾ ਨੂੰ ਠੋਕਰ ਲੱਗ ਗਈ, ਪਾਣੀ ਦਾ ਪਿਆਲਾ ਰੇਤ ਡੁੱਲ ਗਿਆ। ਕਰਬਲਾ ਦੀ ਤਪਦੀ ਰੇਤ ਪਾਣੀ ਚੂਸ ਗਈ, ਮੇਰੇ ਹੁਸੈਨ ਦੀ ਸ਼ਕੀਨਾ ਮੁੜ ਪਿਆਸੀ ਰਹਿ ਗਈ। ਮੀਆਂ ਸਾਹਿਬ ਫਰਮਾਉਂਦੇ ਨੇ, ਇਹ ਤਾਕਤ ਹੁੰਦਿਆਂ ਉਹਨਾਂ ਜ਼ੋਰ ਨਹੀਂ ਲਾਇਆ, ਉਹ ਬੈਠਿਆ ਏ ਮਨ ਰਜ਼ਾਈ ਦੁਨੀਆ ਉੱਤੋਂ ਪਿਆਸੇ ਤੁਰ ਗਏ, ਉਹ ਦੀਨ ਦੁਨੀ ਦੇ ਸਵਾਈ। ਸਕੀਨਾ ਨੂੰ ਦੌੜ ਕੇ ਜਾ ਕੇ ਹਜ਼ਰਤ ਜ਼ੈਨਬ ਉਠਾ ਕੇ ਆਪਣੀ ਗੋਦੀ 'ਚ ਥਪਕੀਆਂ ਦੇ ਕੇ ਸੁਲਾਇਆ, ਮੂੰਹ ਚੁੰਮ ਕੇ ਆਇਆ, ਰੱਬ ਸਾਰਿਆਂ ਦੇ ਨਸੀਬਾਂ 'ਚ ਕਰੇ। ਪਰ ਤੁਹਾਡੇ ਤੇ ਮੇਰੇ ਬੱਚੇ ਬੱਚੀਆਂ ਬੜੇ ਲਾਡਲੇ ਹੋਣਗੇ, ਪਰ ਏਡੇ ਲਾਡਲੇ ਤੇ ਨਹੀਂ ਨਾ ਉਹ ਜਿਹੜੇ ਹੁਸੈਨ ਦੇ ਲਾਡਲੇ ਸਨ, ਉਹ ਜਿੰਨਾ ਕਦੇ ਦੁੱਖ ਵੇਖਿਆ ਹੀ ਨਹੀਂ ਸੀ। ਨੌਜਵਾਨੋ, ਮਗਰਬ ਦੀ ਨਮਾਜ਼ ਪੜ੍ਹੀ ਤੇ ਸੈਯਦ ਜ਼ੈਨਬ ਫਰਮਾਦੀਆਂ, ਮੈਂ ਵੇਖ ਰਹੀ ਸਕੀਨਾ ਕਿੱਥੇ ਗਈ ਹੈ, ਪਰ ਸਕੀਨਾ ਨਜ਼ਰ ਹੀ ਨਾ ਆਵੇ। 7 ਸਾਲ ਦੀ ਮੇਰੇ ਇਮਾਮ ਦੀ ਬੇਟੀ ਸਕੀਨਾ, ਆਪ ਫਰਮਾਦੀਆਂ, ਮੈਂ 1, 2, 3, 4 ਖੈਮੇ 'ਚ ਗਈ, ਪਰ ਵੇਖਿਆ ਸਕੀਨਾ ਕਿਧਰੇ ਨਜ਼ਰੀ ਨਾ, ਮੇਰਾ ਕਲੇਜਾ ਡੋਲ ਗਿਆ, ਸਕੀਨਾ ਕਿੱਥੇ ਗਈ?
ਕਿਉਂਕਿ ਹੁਸੈਨ ਨੇ ਜਾਂਦੀ ਵਾਰੀ ਆਖਰੀ ਪੈਗਾਮ ਇਹ ਦਿੱਤਾ ਸੀ, ਮੇਰੀ ਸਕੀਨਾ ਦਾ ਖਿਆਲ ਰੱਖਿਆ ਜੀ। ਪਤਾ ਨਹੀਂ ਉਹ ਬਾਬਾ ਨੂੰ ਕਿੰਨੀ ਕੁ ਲਾਡਲੀ ਸੀ, ਆਖਿਆ ਸਕੀਨਾ ਦਾ ਖਿਆਲ ਰੱਖਿਓ। ਸੈਯਦਾ ਜ਼ੈਨਬ ਫਰਮਾਦੀਆ ਇੱਧਰ ਇਸ਼ਾ ਦਾ ਵੇਲਾ ਹੋ ਗਿਆ ਅਤੇ ਰਾਤ ਗਹਿਰੀ ਹੋ ਗਈ, ਪਰ ਸਕੀਨਾ ਨਜ਼ਰੀ ਨਾ ਆਵੇ। ਆ ਫਰਮਾਦੀਆ ਮੇਰਾ ਕਲੇਜਾ ਕਮਰੇ, ਸਕੀਨਾ ਕਿੱਥੇ ਗਈ? ਫਰਮਾਦੀਆ ਅਚਾਨਕ ਮੈਂ ਕਰਬਲਾ ਦੇ ਮੈਦਾਨ ਵੱਲ ਦੌੜੀ, ਧੀਆਂ ਵਾਲਿਓ ਫਰਮਾਦੀਆ ਮੈਂ ਜਾ ਕੇ ਵੇਖਿਆ ਅਤੇ ਇਮਾਮੇ ਹੁਸੈਨ ਦੇ ਕਦਮਾਂ ਵਿੱਚ ਸਕੀਨਾ ਰਾਤ ਨੂੰ ਲੇਟੀ, ਆਪਣੇ ਬਾਬਾ ਦੇ ਪਾਉਂ ਨੂੰ ਜੱਫਾ ਮਾਰਿਆ। ਸੈਯਦਾ ਜ਼ੈਨਬ ਹਿਲਾ ਕੇ ਫਰਮਾਦੀਆ, ਸਕੀਨਾ ਧੀਏ ਇੱਥੇ ਕੀ ਪੀ ਕਰਦੀ? ਰੋ ਕੇ ਕਹਿਣ ਲੱਗੀ, ਫੁੱਫੂ ਮੈਂ ਨੀਂਦ ਆਈ ਸੀ ਨਾ ਅਤੇ ਬਾਬਾ ਦੇ ਸੀਨੇ 'ਤੇ ਸੌਂਦੀ ਹਾਂ, ਸੀਨੇ 'ਤੇ ਸੌਣ ਆਈ ਸਾਂ। ਫਰਮਾਦੀਆ ਨੇ ਸੀਨੇ 'ਤੇ ਸੌਣ ਵਾਲੀ ਇਹ ਕਦਮਾਂ 'ਚ ਕੀ ਪੀ ਕਰਨੀ ਹੈ? ਅਤੇ ਰੋ ਕੇ ਕਹਿੰਦੀ, ਫੁੱਫੋ ਅੰਮਾ ਮੈਂ ਬਾਬਾ ਦਾ ਸੀਨਾ ਬੜਾ ਹੀ ਢੂੰਡਿਆ, ਸੀਨਾ ਨਹੀਂ ਮਿਲਿਆ, ਸਾਰਾ ਤੀਰਾਂ ਨਾਲ ਜ਼ਾਲਮਾਂ ਛੱਲੀ ਕਰ ਦਿੱਤਾ, ਬਾਬਾ ਦੇ ਕਦਮਾਂ 'ਚ ਹੀ ਸੌ ਗਈ ਹਾਂ। ਸੈਯਦ ਜ਼ੈਨਬ ਚੁੱਕ ਕੇ ਮੱਥਾ ਚੁੰਮ ਕੇ ਅਤੇ ਖੈਮੇ ਵੱਲ ਟੁਰੀ ਨਾ, ਅਤੇ ਸਕੀਨਾ ਮੁੜ ਕੇ ਕਹਿਣ ਲੱਗੀ, ਬਾਬਾ ਖੈਮੇ 'ਚ ਫਿਰ ਜਾਵਾਂਗੀ ਜੇ ਵਾਅਦਾ ਕਰੋ ਰੋਜ਼ ਰਾਤ ਨੂੰ ਸੀਨੇ 'ਤੇ ਸੁਲਾਉਣਾ ਜਾ ਕਰੋਗੇ। ਸੈਯਦ ਜ਼ੈਨਬ ਰੋਈ ਜਾ ਰਹੀ ਹਾਂ, ਖੈਮੇ 'ਚ ਲਿਆ ਕੇ ਅਤੇ ਆਪਣੀ ਗੋਦੇ 'ਚ ਲਿਆ ਕੇ ਥਪਕੀਆਂ ਦੇ ਕੇ ਸਕੀਨਾ ਨੂੰ ਸੁਲਾ ਰਹੀ ਹਾਂ, ਅਤੇ ਨਾਲੇ ਰੋ ਕੇ ਫਰਮਾਦੀਆਂ, ਇਨਸ਼ਾਅੱਲਾ ਮਰਨ ਨਾ ਵੀਰ ਕਿਸੇ ਦੇ, ਅਤੇ ਨਾ ਹੁਣ ਨਿਮਾਨੀਆਂ ਭੈਣਾਂ, ਉਹ ਜਿਸ ਭੈਣ ਦਾ ਵੀਰ ਨਾ ਕੋਈ, ਉਸ ਕੀ ਦੁਨੀਆਂ ਤੋਂ ਲੈਣਾ? ਨੌਜਵਾਨੋ, ਉੱਧਰ ਜ਼ੈਨਬ ਦੇ ਵੀਰ ਵੀ ਗਏ ਅਤੇ ਸਕੀਨਾ ਦੇ ਵੀਰ ਵੀ ਗਏ। ਮੇਰੀ ਮਿਲਤ ਦੇ ਨੌਜਵਾਨੋ, ਇਮਾਮੇ ਆਲੀ ਮੁਕਾਮ ਦੀ ਉਸ ਖਾਨਵਾਦੇ ਅਤੇ ਉਸ ਖਾਨਦਾਨ ਨੇ ਰਾਤ ਕਰਬਲਾ ਦੇ ਮੈਦਾਨ 'ਚ ਕਿਵੇਂ ਗੁਜ਼ਾਰੀ? ਜਾਂ ਜ਼ੈਨਬ ਜਾਣਦੀ ਹੈ ਅਤੇ ਜਾਂ ਖੁਦਾ ਜਾਣਦਾ ਹੈ। ਬਸ ਮੈਨੂੰ ਇੰਨਾ ਪਤਾ ਕਿ ਲੰਬੀ ਰਾਤ ਵਿਛੋੜੇ ਵਾਲੀ ਉਹ ਗੁਜ਼ਰੀ ਸਾਹਿਬ ਰਿਆਂ ਦੀ, ਖਬਰ ਲਿਆਵੇ ਕੌਣ ਮੁਹੰਮਦ ਸਜਣਾ ਦੂਰ ਗਿਆ ਦੀ। ਉਹ ਰਾਤ ਗੁਜ਼ਰੀ ਜਿਵੇਂ ਗੁਜ਼ਰੀ। ਜੇ ਮੈਂ ਇੱਕ ਇੱਕ ਵਾਕਿਆ ਸੁਣਾਵਾਂ ਤਾਂ ਬੜੀ ਲੰਬੀ ਦਾਸਤਾਨ ਹੈ। 11 ਮੁਹਰਮ ਦਾ ਦਿਨ ਆਇਆ ਨਾ, ਅਤੇ ਯਜ਼ੀਦੀਆਂ ਨੇ ਇਮਾਮੇ ਹੁਸੈਨ ਦਾ ਇੱਕ ਊਂਟ ਜ਼ਬਾ ਕਰਕੇ ਅਤੇ ਉਹਦਾ ਗੋਸ਼ਤ ਬਣਾ ਕੇ, ਕਬਾਬ ਬਣਾ ਕੇ ਜਦੋਂ ਖਾਣਾ ਖਾਣ ਲੱਗੇ ਅਤੇ ਉਹ ਸਾਰਾ ਗੋਸ਼ਤ ਖੂਨ ਬਣ ਗਿਆ। ਇਮਾਮੇ ਜ਼ੈਨੁਲ ਆਬਦੀਨ ਨੂੰ ਕੋੜਾ ਮਾਰ ਕੇ ਯਜ਼ੀਦੀ ਪੁੱਛਦਾ, ਤੂੰ ਸਾਨੂੰ ਦੱਸਿਆ ਕਿ ਉਹਨੇ ਤੇਰਾ ਊਂਟ ਬਿਮਾਰ ਹੈ? ਫਰਮਾਇਆ, ਮੇਰਾ ਕੋਈ ਊਂਟ ਬਿਮਾਰ ਨਹੀਂ। ਕਹਿਣ ਲੱਗੇ, ਸੁਬਾਹ ਦੀ ਮਿਹਨਤ ਕਰਕੇ ਸਾਲਨ ਬਣਾਇਆ, ਖਾਣ ਦਾ ਵੇਲਾ ਆਇਆ ਅਤੇ ਖੂਨ ਬਣ ਗਿਆ। ਆਪਨੇ ਫਰਮਾਇਆ, ਕਿਹੜਾ ਊਂਟ ਜ਼ਬਾ ਕੀਤਾ ਜੇ? ਕਹਿਣ ਲੱਗੇ, ਉਹ ਜਿਹੜਾ ਊਂਟਾਂ ਦੀ ਕਿਤਾਰ 'ਚ ਪੰਜਵੇਂ ਨੰਬਰ 'ਤੇ ਖਲੋਤਾ ਸੀ ਉਹਨੂੰ ਜ਼ਬਾ ਕੀਤਾ ਜੀ। ਜ਼ੈਨੁਲ ਆਬਦੀਨ ਦੀ ਚੀਖ ਨਿਕਲ ਗਈ ਅਤੇ ਰੋ ਕੇ ਫਰਮਾਦੇ ਨੂੰ, ਜ਼ਾਲਮੋ ਉਹਨੂੰ ਕਿਉਂ ਜ਼ਬਾ ਕੀਤਾ ਜੇ? ਉਸ ਊਂਟ 'ਤੇ ਬਹਿ ਕੇ ਮੇਰਾ ਵੀਰ ਅਕਬਰ ਮਦੀਨੇ ਆਇਆ ਸੀ। ਆਪਨੇ ਫਰਮਾਇਆ, ਜ਼ਾਲਮੋ ਤੁਸੀਂ ਸਾਨੂੰ ਜਿਤਨਾ ਜ਼ਬਾ ਕਰਨਾ ਸੀ ਕਰ ਲਿਆ, ਹੁਣ ਰੱਬ ਨੇ ਕਾਨੂੰਨ ਬਦਲ ਦਿੱਤੇ ਜੇ, ਹੁਣ ਜ਼ਬਾ ਹੋਣ ਦੀਆਂ ਵਾਰੀਆਂ ਤੁਹਾਡੀਆਂ ਆ ਗਈਆਂ, ਹੁਣ ਹੁਸੈਨ ਦੇ ਲਸ਼ਕਰ ਦਾ ਕੋਈ ਜਾਨਵਰ ਵੀ ਜ਼ਬਾ ਨਹੀਂ ਰੱਬ ਨੇ ਹੋਣ ਦੇਣਾ, ਕਰਕੇ ਵਖਾਓ। ਨੌਜਵਾਨੋ, 3 ਦਿਨ ਯਜ਼ੀਦੀ ਕਰਬਲਾ ਦੇ ਮੈਦਾਨ 'ਚ ਰਹੇ, ਇਹਨਾਂ ਲਾਂਤੀਆਂ ਨੇ ਆਪਣੀਆਂ ਲਾਸ਼ਾਂ ਦਫਨ ਕਰ ਦਿੱਤੀਆਂ ਅਤੇ ਇਮਾਮੇ ਹੁਸੈਨ ਅਤੇ ਆਪਦੇ ਰੂਫਾਕਾ ਦੀਆਂ ਲਾਸ਼ਾਂ ਉਂਝੀ ਕਰਬਲਾ ਦੇ ਮੈਦਾਨ 'ਚ ਬਿਖਰੀਆਂ ਰਹਿ ਗਈਆਂ। ਰਸੂਲੁੱਲਾ ਦੀਆਂ ਧੀਆਂ ਨੂੰ ਕੈਦੀ ਬਣਾਇਆ ਗਿਆ। ਇਮਾਮੇ ਜ਼ੈਨੁਲ ਆਬਦੀਨ ਦੇ ਹੱਥਾਂ 'ਚ ਹੱਥ ਕੜੀਆਂ ਅਤੇ ਪੈਰਾਂ 'ਚ ਬੇੜੀਆਂ, ਗਲੇ 'ਚ ਲੋਹੇ ਦੇ ਤੌਕ ਪਹਿਨਾ ਕੇ ਨਾ ਉਂਟਾਂ ਦੇ ਉੱਤੇ ਬਿਠਾ ਕੇ ਰਸੂਲੁੱਲਾ ਦੀਆਂ ਧੀਆਂ ਨੂੰ ਅਤੇ ਮੁਹਾਰ ਇਮਾਮੇ ਜ਼ੈਨੁਲ ਆਬਦੀਨ ਨੂੰ ਪਕੜਾ ਦਿੱਤੀ। ਇੱਕ ਹੱਥ 'ਚ ਮੁਹਾਰ ਹੈ, ਇੱਕ ਹੱਥ 'ਚ ਬਾਬਾ ਦੇ ਸਿਰ ਵਾਲਾ ਨੇਜ਼ਾ ਹੈ। ਖੂਨ ਪਿਓ ਦੇ ਸਿਰ 'ਚੋਂ ਪੁੱਤਰ ਦੇ ਚਿਹਰੇ 'ਤੇ ਪਿਆ ਡਿੱਗਦਾ ਹੈ। ਕਦੇ ਪਿਓ ਵੱਲ ਵੇਖਦੇ ਨੇ, ਕਦੇ ਫੁੱਫੋ ਵੱਲ ਅਤੇ ਭੈਣਾਂ ਵੱਲ ਵੇਖਦੇ ਨੇ। ਉਹ ਪਿਛਲੇ ਊਂਟ 'ਤੇ ਸਕੀਨਾ ਬੈਠੀ, ਸਕੀਨਾ ਕਦੇ ਇਸ ਤਰ੍ਹਾਂ ਅਤੇ ਕਦੇ ਇਸ ਤਰ੍ਹਾਂ ਹੋ ਕੇ ਨਾ, ਅਤੇ ਅੱਬੂ ਦਾ ਚਿਹਰਾ ਵੇਖਦੀ ਹੈ, ਦੂਰ ਕਿਧਰੇ ਬਾਬਾ ਨਜ਼ਰੀ ਆ ਜਾਵਾਂ। ਨੇਜ਼ੇ ਦੀ ਨੋਕ 'ਤੇ ਬਾਪ ਦਾ ਸਿਰ, ਬੇਟੀ ਆਪਣੇ ਬਾਪ ਦਾ ਚਿਹਰਾ ਵੇਖਣ ਨੂੰ ਤਰਸ ਗਈ। ਨੌਜਵਾਨ ਨੂੰ ਕਾਫ਼ਿਲਾ ਕਰਬਲਾ 'ਚ ਟੁਰਿਆ, ਹੁਣ ਮੈਂ ਕਿਹੜਾ ਰੰਗ ਦੇਵਾਂ? ਨੌਜਵਾਨ ਬੀਬੀ ਜ਼ੈਨਬ ਤਨ ਬਨ ਕੇ ਸ਼ਾਮ ਵਲੇ ਜਦੋਂ
ਚੱਲੀ।